ਪਟਿਆਲਾ ਦੇ ਪਿੰਡ ਖੇੜੀ ਗੰਡਿਆਂ ਦੇ ਵਿੱਚ ਦੋ ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪ੍ਰਨੀਤ ਕੌਰ ਜੀ ਪਹੁੰਚੇ ਨੇ, ਬੱਚਿਆਂ ਦੇ ਘਰ ਜਾ ਰਹੇ ਨੇ, ਬੱਚਿਆਂ ਦੇ ਘਰਦਿਆਂ ਦੇ ਨਾਲ ਗੱਲਬਾਤ ਵੀ ਕਰਨਗੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਹੁੰਚਿਓ ਜੀ, ਇੱਥੇ ਕੀ ਕਹਿਣਾ ਚਾਹੋਗੇ, ਬੱਚੇ 6 ਦਿਨ ਹੋ ਗਏ ਲਾਪਤਾ? ਦੇਖੋ, ਬਹੁਤ ਦੁੱਖ ਭਰੀ ਕਹਾਣੀ ਹੈ, ਛੋਟੇ ਛੋਟੇ ਨੰਨੇ ਨੰਨੇ ਬੱਚੇ ਇਸ ਤਰ੍ਹਾਂ ਲਾਪਤਾ ਹੋ ਜਾਣ। ਔਰ MLA ਸਾਹਿਬ ਔਰ ਪੁਲਿਸ ਨੇ ਦਿਨ ਰਾਤ ਇੱਕ ਕੀਤੀ ਹੋਈ ਹੈ, ਔਰ ਅੱਜ ਮੈਂ ਇਹਨਾਂ ਦੇ ਜਿਹੜੇ ਮਾਂ ਬਾਪ ਨੇ, ਜਿਸ ਤੋਂ ਵੱਡਾ ਲੋਸ ਕਿਸੇ ਨੂੰ ਹੋ ਨਹੀਂ ਸਕਦਾ, ਉਹਨਾਂ ਦੇ ਨਾਲ ਅਫਸੋਸ ਕਰਨ ਆਈ ਹਾਂ ਮੈਂ। ਮਨੀ ਸਾਹਿਬ, ਇੱਕ ਹੋਰ ਸਵਾਲ ਹੈਗਾ ਕਿ ਮੁੱਖ ਮੰਤਰੀ ਸਾਹਿਬ ਦਾ ਸ਼ਹਿਰ ਹੈਗਾ ਜੀ, ਤਾਂ ਇੱਥੇ ਇੱਦਾਂ ਦੀ ਘਟਨਾ ਵਾਪਰ ਜੇ ਤਾਂ ਕਿਸ ਤਰ੍ਹਾਂ ਦਾ ਨੋਟਿਸ ਲਓਗੇ ਤੁਸੀਂ ਇਹਦੇ 'ਤੇ? ਦੇਖੋ, ਨੋਟਿਸ ਲਿੱਤਾ ਗਿਆ, ਮੁੱਖ ਮੰਤਰੀ ਸਾਹਿਬ ਨੇ ਵੀ ਉੱਥੋਂ ਭੇਜਿਆ ਆਪਣੇ ਸੀਨੀਅਰ ਪੁਲਿਸ ਅਫਸਰ, ਇੱਥੋਂ ਸਾਰੇ ਲੱਗੇ ਹੋਏ ਨੇ, MLA ਸਾਹਿਬ ਹੈਗੇ ਨੇ। ਪਰ ਇਹ ਕੁਦਰਤ ਵੱਲੋਂ ਬਹੁਤ ਹੀ ਬੁਰਾ ਹੋਇਆ ਸੋ ਹੋਇਆ, ਔਰ ਇਹ ਮੈਂ ਨਹੀਂ ਕਹਿ ਸਕਦੀ ਕਿ ਕਿਸ ਵਜ੍ਹਾ ਤੋਂ ਹੋਇਆ, ਜਾਂਚ ਹੋਊਗੀ ਤਦ ਪਤਾ ਚੱਲੂਗਾ, ਪਰ ਕਿਤੇ ਵੀ ਹੋਏ ਇਹ ਬਹੁਤ ਬੁਰੀ ਗੱਲ ਹੈਗੀ ਹੈ। ਸੋ ਤੁਹਾਨੂੰ ਦੱਸ ਦਈਏ, ਸਾਡੇ ਨਾਲ ਗੱਲਬਾਤ ਕਰ ਰਹੇ ਸੀ ਸ਼੍ਰੀਮਤੀ ਪ੍ਰਨੀਤ ਕੌਰ, ਜੋ ਕਿ ਸੰਸਦ ਮੈਂਬਰ ਨੇ ਔਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧਰਮਪਤਨੀ ਵੀ ਨੇ। ਉਹਨਾਂ ਵੱਲੋਂ ਦੁੱਖ ਜਿਹੜਾ ਜ਼ਾਹਰ ਕੀਤਾ ਗਿਆ, ਔਰ ਇਹ ਵੀ ਕਿਹਾ ਗਿਆ ਕਿ ਜਿਹੜੀ ਜਾਂਚ ਹੈਗੀ ਆ ਵਧੀਆ ਤਰੀਕੇ ਨਾਲ ਕੀਤੀ ਜਾਊਗੀ। ਨੋਟਿਸ ਲਿਆ ਗਿਆ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਇਸ ਦਾ, ਔਰ ਕੱਲ੍ਹ ADGP ਪਰਾਂਡ ਆਰਡਰ ਨੂੰ ਵੀ ਇੱਥੇ ਭੇਜਿਆ ਗਿਆ ਸੀ, ਉਹਨਾਂ ਵੱਲੋਂ ਵੀ ਜਿਹੜੀ ਜਾਂਚ ਹੈਗੀ ਆ ਉਸਨੂੰ ਹੋਰ ਤੇਜ਼ ਕਰਨ ਦੇ ਆਦੇਸ਼ ਦਿੱਤੇ ਗਏ ਨੇ। ਪਟਿਆਲਾ ਤੋਂ ਕੈਮਰਾਮੈਨ ਅਜੇ ਦੇ ਨਾਲ ਅਵਤਾਰ ਗਿੱਲ, ਦੈਨਿਕ ਸਵੇਰਾ।